ਇਸ ਵੇਲੇ ਰਾਤੀ 1 ਵਜੇ ਨੇ। ਮੈਂ ਜਦੋਂ ਅੱਜ ਘਰੋਂ ਨਿਕਲਣ ਲੱਗਾ ਤੇ ਮੇਰੇ ਮਾਪਿਓ ਪੁੱਛਿਆ ਕਿ ਪੁੱਤ ਕਿੱਥੇ ਜਾ ਰਿਹਾ। ਮੈਂ ਕਿਹਾ ਜੀ ਕਿ ਲੋਰੀ ਨਾਸ਼ਤਿਆਂ ਦੇ ਬਾਰੇ ਇੱਕ ਹੋਰ ਵੀਡੀਓ ਬਣਾਉਣ ਜਾ ਰਿਹਾ। ਉਹਨਾਂ ਨੇ ਅੱਗੋਂ ਸਵਾਲ ਤੇ ਨਹੀਂ ਕੀਤਾ, ਲੇਕਿਨ ਰਾਤੀ 1 ਵਜੇ ਨਾਸ਼ਤੇ ਦੇ ਮੁੱਦੇ ਨੂੰ ਐਕਸਪਲੇਨ ਕਰਨ ਦੀ ਲੋੜ ਤੇ ਹੈਗੀ। ਲੋ ਜੀ, ਖਾਲਿਸ ਲੋਰੀ ਨਾਸ਼ਤੇ 'ਚ ਇੱਕ ਆਈਟਮ ਐਸੀ ਹੈ ਜਿਹੜੀ ਪੂਰੇ ਸ਼ਹਿਰ 'ਚ ਸਿਰਫ ਇੱਕ ਥਾਂ 'ਤੇ ਲੱਭਦੀ ਹੈ ਅਤੇ ਉਹਨੂੰ ਤਿਆਰ ਕਰਨ ਲਈ ਕਾਰੀਗਰ ਰਾਤੀ 1 ਵਜੇ ਤੋਂ ਕੰਮ ਸ਼ੁਰੂ ਕਰ ਦਿੰਦੇ। ਅੱਜ ਅਸੀਂ ਇਹਨਾਂ ਕਾਰੀਗਰਾਂ ਦੀ ਕਾਰੀਗਰੀ ਵੇਖਣ ਆਏ ਹਾਂ ਅਤੇ ਅੱਜ ਦੀ ਲਾਹੌਰ ਡਾਇਰੀ ਦੀ ਵੀਡੀਓ ਹੈ ਦਾਸ ਕੁਲਚੇ ਦੇ ਬਾਰੇ 'ਚ। ਸਾਡੇ ਵੱਡੇ ਖਾਂਦੇ ਖਾ ਰਹੇ ਨੇ, ਉਹ ਵੀ ਬਚਪਨ ਤੋਂ ਖਾ ਰਹੇ ਸਨ, ਫਿਰ ਅਸੀਂ ਆਏ ਹਾਂ, ਅਸੀਂ ਵੀ ਬਚਪਨ ਤੋਂ ਖਾ ਰਹੇ ਹਾਂ। ਮੇਰੀ ਤਾਂ ਰੁਟੀਨ ਹੈ, ਇੱਕ ਦਿਨ ਛੱਡ ਕੇ ਇੱਕ ਦਿਨ ਮੈਂ ਲਾਜ਼ਮੀ ਖਾਂਦਾ ਹਾਂ। ਇਹ ਜੀ ਦਾਸ ਕੁਲਚਾ, ਜੇ ਇਹਨੂੰ ਅਸੀਂ ਕਹਿੰਦੇ ਲੌਂਚੜੇ, ਅਤੇ ਜਿਹਦੇ ਵਿੱਚ ਆਲੂ ਵਾਲੀ ਤੁਸੀਂ ਦੇਖ ਰਹੇ ਹੋ, ਇਹ ਭਾਜੀ ਹੁੰਦੀ, ਇਹਨੂੰ ਭਾਜੀ ਕਹਿੰਦੇ ਨੇ, ਅਤੇ ਨਾਲ ਚਨੇ ਨੇ ਅਤੇ ਪਿਆਜ਼ ਹੈ ਅਤੇ ਰਾਇਤਾ ਵਗੈਰਾ। ਬਸ ਇਹਦੇ 'ਚ ਇੱਕ ਤਾਂ ਤੁਹਾਡਾ ਢਿੱਡ ਭਰ ਜਾਂਦਾ ਇੱਕ ਕੁਲਚਾ ਖਾ ਕੇ, ਦੂਸਰਾ ਤੁਹਾਡਾ ਸੀਨਾ ਦਿੱਕ ਨਹੀਂ ਕਰਦਾ। ਹਿਸਟੋਰੀਅਨਸ ਕਹਿੰਦੇ ਨੇ ਕਿ ਦਾਸ ਕੁਲਚਾ ਮੁਗਲਾਂ ਦੇ ਟਾਈਮ ਜਾਂ ਸ਼ਾਇਦ ਉਹਨਾਂ ਤੋਂ ਵੀ ਪਹਿਲੇ ਲਾਹੌਰੀ ਨਾਸ਼ਤੇ ਦੇ ਟ੍ਰੈਡੀਸ਼ਨ 'ਚ ਸ਼ਾਮਲ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਇੱਕ ਹਿੰਦੂ ਕੁੱਕ ਰਾਮਦਾਸ ਦੀ ਵਜ੍ਹਾ ਤੋਂ ਇਹਦਾ ਨਾਂ ਦਾਸ ਕੁਲਚਾ ਪਿਆ ਅਤੇ ਪਾਰਟੀਸ਼ਨ ਦੇ ਬਾਅਦ ਲਾਹੌਰ ਸ਼ਹਿਰ 'ਚ ਇਹ ਕੁਲਚਾ ਲਾਉਣ ਵਾਲੇ ਸਿਰਫ ਇੱਕ ਜਾਂ ਦੋ ਕਾਰੀਗਰ ਰਹਿ ਗਏ। ਇਹਦੀ ਖਮੀਰ ਜਿਹੜੀ ਹੈ ਨਾ 24 ਘੰਟੇ ਹੀ ਤਿਆਰ ਹੁੰਦੀ। ਚਨੇ ਦੀ ਦਾਲ ਅਤੇ ਸੌਂਫ ਦਾ ਪਾਣੀ ਜਿਹੜਾ ਨਾ ਉਹ ਪਾ ਕੇ ਕੁੱਜੀ ਦੇ ਵਿੱਚ ਰੱਖ ਦਈਦਾ, ਉਹ 12 ਘੰਟਿਆਂ ਬਾਅਦ ਤਿਆਰ ਹੁੰਦਾ। ਉਹਦੇ ਵਿੱਚ ਇਹ ਹੁੰਦਾ ਕਿ ਅਗਰ ਸੇਕ ਜ਼ਿਆਦਾ ਲੱਗ ਗਿਆ ਤਦ ਛੁੱਟੀ ਹੋ ਜਾਂਦੀ ਹੈ, ਜੇ ਘੱਟ ਲੱਗ ਗਿਆ ਤਦ ਛੁੱਟੀ ਹੋਈ। ਅਤੇ ਅਸੀਂ ਇਸੇ ਵਾਰ ਇਹਦੇ ਉੱਤੇ ਹੀ ਰਹੀਦਾ ਕਿ ਇੱਕ ਜਣਾ ਜਾਂਦਾ ਦੂਸਰਾ ਆ ਜਾਂਦਾ, ਕਿ ਵੀ ਅੰਦਰ ਜਿਹੜਾ ਨਾ ਕੰਮ ਖਰਾਬ ਨਾ ਹੋਵੇ। ਸਰਦੀਆਂ 24 ਘੰਟੇ ਚੁੱਲ੍ਹਾ ਬਲਦਾ, ਟੈਂਪਰੇਚਰ ਜਿਹੜਾ ਨਾ ਉਹਦਾ ਪੂਰਾ ਹੀ ਰੱਖਣਾ ਗਰਮੀ ਦਾ ਹੀ, ਉਹਨੂੰ ਸਰਦੀ ਵਾਲੇ ਪਾਸੇ ਨਹੀਂ ਆਉਣ ਦੇਣਾ। ਜਿੰਨੇ ਵੀ ਦਾਸ ਕੁਲਚੇ ਵੇਚ ਰਹੇ ਨੇ, ਚਾਹੇ ਉਹ ਫੇੜੀ ਵਾਲਾ, ਕਿਸੇ ਨੇ ਸਿਰ 'ਤੇ ਛਾਬਾ ਚੁੱਕਿਆ, ਕੋਈ ਸਾਈਕਲ 'ਤੇ ਵੇਚ ਰਿਹਾ, ਉਹ ਇੱਥੋਂ ਹੀ ਲੈ ਕੇ ਜਾਂਦੇ ਨੇ। 41 ਸਾਲ ਹੋ ਗਏ ਨੇ ਦਾਸ ਕੁਲਚਾ ਵੇਚਦੇ, ਗਿਣਤੀ ਦੀਆਂ 6-7 ਗਲੀਆਂ ਫਿਰਦੇ ਸੀ, ਕੁਲਚੇ ਖਤਮ ਹੋ ਜਾਂਦੇ ਸੀ। ਕੋਈ 20-25 ਕੁਲਚੇ ਵੇਚਣ ਵਾਲੇ ਹੈਗੇ ਸੀ ਪਹਿਲੇ, ਉਸ ਤੋਂ ਬਾਅਦ ਘੱਟਦੇ 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 ਗਏ ਹੈਂ, ਅਤੇ ਅੱਜ 2 ਭਰਾ ਸੀ ਲਾਉਂਦੇ ਹਾਂ। ਅਤੇ ਸਕਾਫਤੀ ਲਿਹਾਜ਼ ਨਾਲ ਉਹ ਅੰਦਰੂਨ ਸ਼ਹਿਰ ਦਾ ਲੋਰੀਆ ਹੀ ਨੀਗਾ, ਪੱਕਾ ਲੋਰੀਆ ਹੀ ਨੀਗਾ ਜਿਹਨੂੰ ਦਾਸ ਕੁਲਚੇ ਨਾਲ ਪਿਆਰ ਨੇਗਾ। ਇਹ ਸਾਡੇ ਹੁਣ 'ਚ ਰਚਿਆ ਨਾਸ਼ਤਾ ਵਾਲਾ। ਮੈਂ ਰਾਵਲਪਿੰਡੀ ਸੇ ਹੂੰ ਔਰ ਮੈਂ ਵੈਡਿੰਗ ਫੋਟੋਗ੍ਰਾਫਰ ਹੂੰ। ਇਵੈਂਟ ਹੈ ਲਾਹੌਰ ਮੇਂ ਇੱਕ ਵੈਡਿੰਗ ਕਾ, ਦੁਪਹਿਰ ਕੋ ਵੋ ਕਵਰ ਕਰਨਾ ਥਾ, ਲੇਕਿਨ ਦੁਪਹਿਰ ਸੁਬਹਾ ਆਨਾ ਥਾ, ਲੇਕਿਨ ਰਾਤ ਕੋ ਇਸੀ ਲਈ ਨਿਕਲੇ ਹੈ ਕਿ ਸਪੈਸ਼ਲੀ ਆਏ ਯਹਾਂ ਪਰ ਨਾਸ਼ਤਾ ਕੀਆ ਜਾਏ, ਉਸਕੇ ਬਾਅਦ ਕੇ ਜੋ ਮਾਮਲਾਤ ਹੈ ਵੋ ਦੇਖੇ। ਅੱਛੀ ਜ਼ਬਰਦਸਤ ਚੀਜ਼ ਹੈ, ਲੇਕਿਨ ਇਹ ਜਿਸ ਲੋਕੇਸ਼ਨ ਪੇ ਆਉਣਾ ਮੁਸ਼ਕਿਲ ਹੈ, ਕਿਉਂਕਿ ਮੈਨੂੰ ਗਾੜੀ ਕਾਫੀ ਪਿੱਛੇ ਗਾੜੀ ਕਰਨੀ ਪੜੀ ਹੈ ਔਰ ਪੁੱਛਦੇ 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 ਬੜੀ ਮੁਸ਼ਕਿਲ ਸੇ ਮੈਂ ਪਹੁੰਚਾ। ਮੈਨੂੰ ਲੱਗਤਾ ਹੈ ਕਿ ਇਨਕੋ ਅਗਰ ਯਹਾਂ ਸੇ ਥੋੜ੍ਹਾ ਮੂਵ ਕਰੇ ਕਿਸੀ ਮੇਨ ਪੇ ਆ ਜਾਏ ਤੋ ਕਾਫੀ ਬਿਹਤਰ ਹੋ ਜਾਏਗਾ, ਲੋਕੋ ਕੇ ਲਈ ਵੀ ਆਸਾਨੀ ਹੋਗੀ ਪਹੁੰਚਣੇ ਕੇ ਲਈ। ਮੇ ਬੀ ਇਨਕੋ ਸ਼ਾਇਦ ਇਹ ਉਹ ਇੱਕ ਵੋ ਹੋਤਾ ਹੈ ਮੁਹੱਲੇ ਕਾ ਕਲਚਰ, ਇਹ ਸ਼ਾਇਦ ਉਸੀ ਕਲਚਰ ਮੈਂ ਖੁਸ਼ ਹੈ, ਬਾਹਰ ਨਹੀਂ ਨਿਕਲਣਾ ਚਾਹੁੰਦੇ। ਇਹ ਪਹਿਚਾਣ ਸਿਰਫ ਹੈਗੀ ਅੰਦਰੂਨ ਸ਼ਹਿਰ ਵਾਲਿਆਂ ਨੂੰ, ਬਾਹਰ ਅਸੀਂ ਸ਼ੋਪਾਂ 3-4 ਬਣਾਈਆਂ ਪਰ ਨਹੀਂ ਚੱਲਿਆ। ਇਹ ਹੁਣ ਤਾਂ ਸਿਰਫ 400-500 ਕੁਲਚਾ ਲੱਗਦਾ ਰੋਜ਼ਾਨਾ ਦਾ। ਨਹੀਂ ਮੈਂ ਇਹ ਤਾਂ ਖੁਆਇਸ਼ ਹੈਗੀ ਹੈ ਕਿ ਕੰਮ ਵਧੇ ਅਤੇ ਕੋਈ ਹੋਰ ਵੀ ਸਿੱਖੇ, ਮੈਂ ਤਾਂ ਬਥੇਰਾ ਕੋਸ਼ਿਸ਼ ਕਰਨਾ, ਪਰ ਜਿਹਨੂੰ ਵੀ ਲੈ ਗਿਆ 1-2 ਮਹੀਨੇ ਲਾਉਂਦੇ ਨੇ ਨੱਸ ਜਾਂਦੇ ਨੇ। ਜੇ ਤਾਂ ਇਸੇ ਤਰ੍ਹਾਂ ਹੀ ਰਿਹਾ ਤਾਂ ਬੜਾ ਵੀ ਹੋਏਗਾ, ਕੋਈ ਹੋਰ 5 ਸਾਲ ਕੱਢ ਲਵਾਂਗੇ। ਬੱਚੇ ਨਹੀਂ ਕਰਦੇ, ਪੜ੍ਹੇ ਲਿਖੇ ਬੱਚੇ ਨੇ, ਉਹ ਕਹਿੰਦੇ ਨੇ ਅਸੀਂ ਨਹੀਂ ਵੇਚਣਾ, ਅਸੀਂ ਇਸੇ ਨੌਕਰੀ ਕਰਾਂਗੇ। ਇਹ ਗੱਲ ਹੈਗੀ, ਜਿੰਨੀ ਦੇਰ ਜਾਨ ਹੈਗੀ ਉੱਨੀ ਦੇਰ ਇਹ ਦਾਸ ਕੁਲਚਾ ਚੱਲੇਗਾ। ਜੇ ਕੋਈ ਉਹਦਾ ਨਵਾਂ ਭਰਾ ਕੋਈ ਸਿੱਖ ਗਿਆ ਤਾਂ ਉਹਨਾਂ ਦੇ ਅੱਲਾ ਪਾਕ ਨਸੀਬਾਂ 'ਚ ਕਰੇਗਾ ਇਨਸ਼ਾਅੱਲਾ। ਜਿੰਨੀ ਦੇਰ ਅਸੀਂ ਹੈਗੇ ਹਾਂ, ਅਸੀਂ ਕਿਸੇ ਨੂੰ ਸਿੱਖਣਾ ਵੀ ਚਾਹੇ ਤਾਂ ਅਸੀਂ ਸਿਖਾਵਾਂਗੇ।